ਹੈਲੋ ਫਰੈਂਡ ਮਾਈ YouTube ਚੈਨਲ ਤੇ ਆਪ ਦਾ ਸਵਾਗਤ ਹੈ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਆਪਣਾ ਸਿੱਖ ਧਰਮ ਦੇ ਸਥਾਪਿਤ ਕੌਣ ਸਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰगोबिंद ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਜੋ ਆਪਣਾ ਰਾਈਟ ਆਨਸਰ ਹੈ ਇਸ ਦਾ ਸਿੱਖ ਧਰਮ ਦੇ ਸਥਾਪਿਤ ਗੁਰੂ ਨਾਨਕ ਦੇਵ ਜੀ ਸਨ ਪ੍ਰਸ਼ਨ ਨੰਬਰ ਦੂਸਰਾ ਆਪਣਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਗੁਰੂ ਨਾਨਕ ਦੇਵ ਜੀ ਦਾ ਜਨਮ 1458 ਈਸਵੀ ਵਿੱਚ 1469 ਈਸਵੀ ਵਿੱਚ 1479 ਈਸਵੀ ਵਿੱਚ 1499 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ ਪ੍ਰਸ਼ਨ ਨੰਬਰ ਆਪਣਾ ਤੀਸਰਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਸੀ ਕਰਤਾਰਪੁਰ ਸਾਹਿਬ ਕਰਤਾਰਪੁਰ ਤਲਵੰਡੀ ਲਾਹੌਰ ਜੋ ਇਸ ਦਾ ਸਹੀ ਆਨਸਰ ਹੈ ਤਲਵੰਡੀ ਪ੍ਰਸ਼ਨ ਨੰਬਰ ਆਪਣਾ ਚੌਥਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਮਹਿਤਾ ਕਾਲੂ ਜੀ ਜੈ ਦੇਵ ਜੀ ਸ਼੍ਰੀ ਚੰਦ ਜੀ ਜੋ ਕਿ ਇਸ ਦਾ ਸਹੀ ਆਪਸ਼ਨ ਹੈ ਮਹਿਤਾ ਕਾਲੂ ਜੀ ਪ੍ਰਸ਼ਨ ਨੰਬਰ ਪੰਜਵਾਂ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਖੀਵੀ ਜੀ ਤ੍ਰਿਪਤਾ ਦੇਵੀ ਜੀ ਨਾਨਕ ਕੀ ਜੀ ਤਾ ਗੁਜਰੀ ਜੀ ਕਿਉਂਕਿ ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ ਜੀ ਜੋ ਆਪਣਾ ਰਾਈਟ ਆਨਸਰ ਹੈ ਤ੍ਰਿਪਤਾ ਦੇਵੀ ਜੀ ਪ੍ਰਸ਼ਨ ਨੰਬਰ ਆਪਣਾ ਚੌਥਾ ਹੈ ਹੇਠ ਲਿਖਿਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ਬੀਬੀ ਨਾਨਕੀ ਜੀ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਬੀਬੀ ਖੀਵੀ ਜੀ ਨਾਨਕ ਦੇਵ ਜੀ ਭੈਣ ਸੀ ਬੀਬੀ ਨਾਨਕੀ ਜੀ ਪ੍ਰਸ਼ਨ ਨੰਬਰ ਆਪਣਾ ਸੱਤਵਾਂ ਹੈ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਏ ਨਾਲ ਕੀਤਾ ਸੀ 10 ਰੁਪਏ 20 ਰੁਪਏ 30 ਰੁਪਏ 50 ਰੁਪਏ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ 20 ਰੁਪਏ ਦਾ ਕੀਤਾ ਸੀ ਪਰਸ਼ਨ ਨੰਬਰ ਆਪਣਾ 8 ਹੈ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ ਗੰਗਾ ਦੇਵ ਜੀ ਸਲਖਣੀ ਜੀ ਬੀਬੀ ਵੀਰੋ ਜੀ ਬੀਬੀ ਭਾਨੀ ਜੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਸੀ ਬੀਬੀ ਸਲਖਣੀ ਜੀ ਜੋ ਆਪਣਾ ਰਾਈਟ ਆਨਸਰ ਹੈ ਬੀਬੀ ਸਲਖਣੀ ਜੀ ਪ੍ਰਸ਼ਨ ਨੰਬਰ ਆਪਣਾ 9 ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਨੌਕਰੀ ਕਰਨ ਲਈ ਭੇਜਿਆ ਸੀ ਮਲਤਾਨ ਤਪੂਰ ਸੁਲਤਾਨਪੁਰ ਲੋਧੀ ਕਰਤਾਰਪੁਰ ਕਿੱਥੇ ਭੇਜਿਆ ਸੀ ਆਪਣਾ ਜੋ ਸਹੀ ਆਨਸਰ ਹੈ ਇਸ ਦਾ ਸੁਲਤਾਨਪੁਰ ਲੋਧੀ ਪ੍ਰਸ਼ਨ ਨੰਬਰ ਆਪਣਾ 10ਵਾਂ ਹੈ ਕਿਹਦੇ ਵਿੱਚ ਨੌਕਰੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਹੌਰ ਦਿੱਲੀ ਤਲਵੰਡੀ ਹਨ ਕਿੱਥੇ ਨੌਕਰੀ ਕੀਤੀ ਸੁਲਤਾਨਪੁਰ ਲੋਧੀ ਪ੍ਰਸ਼ਨ ਨੰਬਰ ਆਪਣਾ 11 ਹੈ ਗਿਆਨ ਪ੍ਰਾਪਤੀ ਸਮੇ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ 20 ਸਾਲ 22 ਸਾਲ 26 ਸਾਲ 30 ਸਾਲ ਜੋ ਇਸ ਦਾ ਆਪਣਾ ਰਾਈਟ ਆਨਸਰ ਹੈ ਉਹ ਹੈ 30 ਸਾਲ ਪ੍ਰਸ਼ਨ ਨੰਬਰ 12 ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਦੇਸ਼ ਕੀ ਸੀ ਪਹਿਲੀ ਆਪਸ਼ਨ ਹੈ ਗੁਰੂ ਲੋਕਾਂ ਵਿੱਚ ਫੈਲੇ ਅੰਧਵਿਸ਼ਵਾਸ ਨੂੰ ਦੂਰ ਕਰਨਾ ਇਹ ਵੀ ਸਹੀ ਹੈ ਨੰਬਰ 2 ਧਰਮ ਪ੍ਰਚਾਰ ਕਰਨਾ ਇਹ ਵੀ ਸਹੀ ਹੈ ਨੰਬਰ 3 ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ ਇਹ ਵੀ ਸਹੀ ਹੈ ਇਸ ਦੀ ਜੋ ਆਪਸ਼ਨ ਹੈ ਚਾਰੀ ਸਹੀ ਨੇ ਇਸ ਦਾ ਰਾਈਟ ਆਨਸਰ ਹੈ ਫੋਰਥ ਆਪਸ਼ਨ ਪ੍ਰਸ਼ਨ ਨੰਬਰ ਆਪਣਾ 13 ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਦਾਸੀ ਕਿੱਥੋਂ ਪ੍ਰਾਪਤ ਕੀਤੀ ਸੀ ਜੋ ਕਿ ਆਪਣੀ ਪਹਿਲੀ ਦਾਸੀ ਸਿੱਧਪੁਰ ਵਿੱਚੋਂ ਕੀਤੀ ਸੀ ਪ੍ਰਸ਼ਨ ਨੰਬਰ 14 ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠਾਕ ਨਾਲ ਕਿੱਥੇ ਹੋਈ ਸੀ ਪਾਵੇਖੇ ਸਿੱਧਪੁਰ ਵਿਖੇ ਦਿੱਲੀ ਵਿਖੇ ਢਿ ਵਿਖੇ ਜੋ ਉਸ ਦੀ ਸੱਜਣ ਠਾਕ ਨਾਲ ਮੁਲਾਕਾਤ ਹੋਈ ਹੀ ਤਲਵਾ ਵਿਖੇ ਪ੍ਰਸ਼ਨ ਨੰਬਰ 15 ਗੁਰੂ ਨਾਨਕ ਦੇਵ ਜੀ ਨੇ ਜਾਦੂਗਰ ਨੇ ਜਾਦੂਗਰ ਨੇ ਨੂਰ ਛਾਈ ਨੂੰ ਕਿੱਥੇ ਮਿਲੇ ਇਸ ਦਾ ਛਣੇ ਇਸ ਦਾ ਕਾਮ ਕਾਮਪੁਰ ਰੋਪ ਵਿਖੇ ਇਸ ਦਾ ਜੋ ਸਹੀ ਆਨਸਰ ਹੈ ਕਾਮਪੁਰ ਰੋਪ ਵਿਖੇ ਅੱਜ ਦੇ ਆਪਣੇ ਪ੍ਰਸ਼ਨ ਇੱਥੇ ਖਤਮ ਹੋਏ ਆਪਣੇ ਚੈਨਲ ਨੂੰ ਵਾਤਵਾ ਡਿਸਕ੍ਰਾਈਬ ਕਰਿਆ ਤੇ ਲਾਈਕ ਕਰਿਆ ਵਾਤਵਾ ਸ਼ੇਅਰ ਕਰਿਆ ਜੀ ਧੰਨਵਾਦ ਜੀ